ਕੁਲਦੀਪ ਸਿੰਘ ਇਹ ਭਾਜੀ ਹੱਥ 'ਚ ਕੀ ਫੜਿਆ ਹੋਇਆ ਤੁਸੀਂ? ਇਹ ਸਟੇ ਆ ਜੀ। ਅੱਛਾ, ਹਾਂਜੀ, ਇਹ ਦੁਕਾਨ ਦੀ ਆ ਜੀ, ਮੀਟਰ ਲੱਗਿਆ, ਬਿਜਲੀ ਦਾ ਬਿੱਲ ਤਾਰੀ ਦਾ ਸਰਕਾਰ ਵੱਲੋਂ ਉਹਨਾਂ ਨੇ ਦਿੱਤਾ ਸਟੇ, ਜੱਜ ਸਾਹਿਬ ਨੇ। ਠੀਕ ਹੈ, ਕੇਸ ਚੱਲਦੇ ਆ, 25 ਤਰੀਕ ਪਈ ਆ, 9ਵੇਂ ਮਹੀਨੇ 'ਚ। ਕੀ ਆ ਸਾਰੀ ਦੁਕਾਨਾਂ ਦਾ ਕੀ? ਇਹ ਮੇਰੀ ਇਕੱਲੀ ਦਾ ਜੀ, ਆਹ ਮੇਰੀ ਸ਼ੋਪ ਆ। ਅੱਛਾ ਜੀ, ਚਰਨ ਸਿੰਘ ਐਂਡ ਕੁਲਦੀਪ ਆ। ਕੀ ਬਕਾਇਦਾ ਮੀਟਰ ਵੀ ਲੱਗਾ ਹੋਇਆ? ਮੀਟਰ ਲੱਗਿਆ ਜੀ, ਬਿਜਲੀ ਦਾ ਬਿੱਲ ਤਾਰੀ ਦਾ, ਰਸੀਦਾਂ ਮੇਰੇ ਕੋਲ ਪਈਆਂ, ਸਾਰਾ ਕੁਝ ਪਿਆ, ਸਭ ਦੇ ਲੱਗੇ। ਮੈਨੂੰ ਸਟੇ ਮਿਲਿਆ, ਆ ਦੇਖੋ ਜੀ। ਸਰਕਾਰੀ ਜ਼ਮੀਨ ਸੀਗੀ, ਸਟੇ ਕਿਉਂ ਦਿੱਤਾ ਸਾਨੂੰ? ਪੈਸੇ ਖਾਣ ਵਾਸਤੇ ਦਿੱਤਾ, ਫਿਰ ਕਿੱਦਾਂ ਦਿੱਤਾ ਜੀ? ਉਹ ਇਹ ਵੀ ਸਾਨੂੰ ਹੱਲ ਦੱਸੋ ਜੀ। ਹੁਣ ਧੱਕਾ ਕਰ ਰਹੇ ਸਾਡੇ ਨਾਲ, ਦੁਕਾਨ ਢਾਉਣ ਵਾਸਤੇ ਆਏ ਆ, ਇਹਦਾ ਕੋਈ ਹੱਲ ਦੱਸੋ ਸਾਨੂੰ। ਕੋਈ ਵਾਰਨਿੰਗ ਨਹੀਂ ਆਈ ਸਾਡੇ ਕੋਲ, ਕੋਈ ਬਦਮਨੀ, ਕੁਛ ਨਹੀਂ ਆਇਆ ਜੀ ਸਾਨੂੰ। ਸਾਨੂੰ ਸਿਰਫ ਆ ਕੇ ਕਹਿ ਰਹੇ ਆ, ਕਹਿੰਦੇ ਦੁਕਾਨ ਖਾਲੀ ਕਰੋ। ਨਹੀਂ ਨਹੀਂ ਉਹ ਅਨਾਊਂਸਮੈਂਟ ਕਰਕੇ ਗਏ ਹੋਏ ਜੀ ਕਿ ਦੁਕਾਨਾਂ, ਕਿਉਂਕਿ ਹੋਰ ਵੀ ਬੈਠੇ ਹੋਏ ਨੇ। ਆਹ ਸਟੇ ਹੈਗੀ ਆ, ਆਹ ਸਟੇ ਹੈਗਾ ਜੀ ਸਾਡੇ ਕੋਲ। ਹਾਂਜੀ, 2024 ਚੱਲਦੀ ਵੀ 6 ਸਾਲ ਹੋ ਗਏ। ਹਾਂਜੀ ਹਾਂਜੀ, ਨਵਾਂ ਸਟੇ ਦਿਖਾਓ। ਨਹੀਂ ਸਰ, ਇਹੀ ਆ ਸਾਡੇ ਕੋਲ ਸਟੇ, ਕਿਉਂਕਿ ਕੇਸ ਅਜੇ ਚੱਲ ਰਿਹਾ, ਤਰੀਕ ਪਈ ਹੋਈ ਆ 9ਵੇਂ ਮਹੀਨੇ 25 ਤਰੀਕ। ਬਾਅਦ ਦੇਖਦੇ ਆ, ਕਰੰਟ ਦਾ ਦਿਖਾਓ ਨਾ ਕੋਈ, ਉਸ ਤੋਂ ਬਾਅਦ ਦੇਖਦੇ ਨੇ ਕਿਹੜੀ ਤਰੀਕ ਤੁਸੀਂ ਗਏ ਹੋ। ਨਹੀਂ ਨਹੀਂ ਸਰ, ਉਹ ਤਰੀਕ ਦੇ ਉੱਤੇ ਰਜਿਸਟਰ ਦੇ ਉੱਤੇ ਲਿਖਿਆ ਜਾਂਦਾ ਜੀ, ਜਦੋਂ ਹਾਜ਼ਰੀ ਅਸੀਂ ਭਰ ਕੇ ਆਉਂਦੇ ਹਾਂ ਕਚਹਿਰੀ ਜਾ ਕੇ। ਜਦੋਂ ਸਾਹਿਬ ਕੋਲ ਉਹ ਪਰਚੀ ਥੋੜੀ ਸਾਨੂੰ ਦਿੰਦੇ ਜੀ, ਉਹਨਾਂ ਨੇ ਹਾਜ਼ਰੀ ਸਾਡੀ ਲਿਖ ਲੈਣੀ ਹੈ ਕਿ ਆ ਗਏ ਜੀ, ਹਾਜ਼ਰ ਨੇ। ਨਹੀਂ ਹੁਣ ਨਹੀਂ ਗਏ ਜੀ, ਤਰੀਕ 6 ਸਾਲ ਪੁਰਾਣੀ ਹੈ ਨਾ। ਇਹ ਤਾਂ ਸਿਰਫ ਫੋਨ ਦੇ ਉੱਤੇ ਗੱਲ ਹੋ ਜਾਂਦੀ ਕਿ ਇੰਨੀ ਤਰੀਕ ਪੈ ਗਈ ਆ ਜੀ, ਫੋਨ ਤੇ ਦੱਸ ਵੀ ਕਦੋਂ ਗੱਲ ਹੋ ਗਿਆ, 15-20 ਦਿਨ ਹੋ ਗਏ। ਨਹੀਂ ਨਹੀਂ ਸਰ, ਇਸੇ ਦਾ, ਇਸੇ ਦਾ ਦੁਕਾਨ ਦੇ ਉੱਤੇ ਨਾਮ ਲੇ ਪਰ ਚਰਨ ਸਿੰਘ ਸਾਹਿਬ ਕਿਹੜੀ ਜਗ੍ਹਾ ਦਾ ਹੈ? ਤਾਜਪੁਰ ਰੋਡ ਟੈਂਕੀ, ਪਾਣੀ ਵਾਲੀ ਟੈਂਕੀ ਜਿਹੜੀ ਹੈਗੀ ਆ। ਨਹੀਂ ਨੋਟਿਸ ਕੋਈ ਨਹੀਂ ਆਇਆ ਸਰ, ਨਹੀਂ ਆਇਆ। ਫੋਨ ਤੇ ਗੱਲ ਕਦੋਂ ਹੋਈ? ਹੁਣ 15-20 ਦਿਨ ਹੋ ਗਿਆ ਭਾਜੀ, ਤਰੀਕ ਦੱਸ ਦਿਓ ਜੀ। ਹੁਣ ਉਹ ਮੰਨ ਨਹੀਂ ਰਹੇ ਤੇ ਜਿਹੜੀ ਅੱਜ ਆ ਕਾਰਵਾਈ ਕੀਤੀ ਜਾ ਰਹੀ ਹੈ ਜੀ, ਹਾਂਜੀ, ਕੀ ਕਹਿਣਾ ਜੀ? ਬਸ ਇਹ ਜੀ, ਸਾਡੀ ਸਕੂਲ ਸਾਈਡ ਵਿੱਚ ਆਪਾਂ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੀ ਆ, ਈਡਬਲਯੂਡੀ ਵਾਲੇ ਇੱਥੇ ਚਾਰ ਦੀਵਾਰੀ ਕਰ ਰਹੇ ਆ ਜੀ, ਤੇ ਇਹਦੇ ਤੇ ਝੁੱਗੀਆਂ ਤੁਹਾਡੇ ਸਾਹਮਣੇ ਬਣੀਆਂ ਹੋਈਆਂ ਜੀ। ਹਾਂਜੀ, ਕੁਛ ਹਿੱਸਾ ਇਹਨਾਂ ਦਾ ਝੁੱਗੀਆਂ ਦਾ ਸੜਕ ਤੇ ਆ ਰਿਹਾ ਤੇ ਕੁਛ ਆਪਣੀ ਸਕੂਲ ਸਾਈਡ ਤੇ ਹੋਇਆ। ਤੇ ਜਦੋਂ ਹੁਣ ਇਹ ਚਾਰ ਦੀਵਾਰੀ ਦਾ ਕੰਮ ਸ਼ੁਰੂ ਹੋਇਆ ਤੇ ਤਾਂ ਸਾਨੂੰ ਆਪਣੀ ਸਾਡੀ ਨੌਲੇਜ ਆਇਆ ਵੀ ਸਾਡੀ ਸਾਈਡ ਦੇ ਵਿੱਚ ਵੀ ਇਹ ਝੁੱਗੀਆਂ ਦਾ ਹਿੱਸਾ ਹੈਗਾ ਆ। ਤੇ ਲਾਸਟ ਮੀਟਿੰਗ ਸਾਡੀ ਡੀ ਸੀ ਮੈਡਮ ਨਾਲ ਹੋਈ ਸੀਗੀ, ਜਿੱਥੇ PWD ਨੇ ਆਪਣਾ ਕੰਸਰਨ ਦਿਖਾਇਆ ਸੀਗਾ ਕਿ ਸਾਨੂੰ ਚਾਰ ਦੀਵਾਰੀ 'ਚ ਮੁਸ਼ਕਲ ਆ ਰਹੀ ਆ, ਤੇ DC ਮੈਡਮ ਨੇ ਸਾਡੀ ਤੇ ਕਾਰਪੋਰੇਸ਼ਨ ਦੀ ਜੁਆਇੰਟਲੀ ਡਿਊਟੀ ਲਗਾਈ ਸੀਗੀ ਇਹ ਝੁੱਗੀਆਂ ਰਿਮੂਵ ਕਰੋ, ਤੇ ਅੱਜ ਅਸੀਂ ਝੁੱਗੀਆਂ ਰਿਮੂਵ ਕਰਨ ਲਈ ਆਏ ਹਾਂ। ਮੌਕੇ 'ਤੇ ਆ ਕੇ ਪਤਾ ਲੱਗਿਆ ਕਿ ਸਾਡੀ ਜਿਹੜੀ ਇੱਥੇ ਪੈਟਰੋਲ ਪੰਪ ਸਾਈਟ ਆ 1100 ਗਜ਼, ਇਹਦੇ ਵਿੱਚ ਵੀ ਕਾਫੀ ਝੁੱਗੀਆਂ ਬਣੀਆਂ ਹੋਈਆਂ। ਇੱਥੇ ਬਕਾਇਦਾ 2 ਵਾਰ ਬੁਨਿਆਦੀ ਕਰਾਈ ਜਾ ਚੁੱਕੀ ਆ, ਵੀਡੀਓ ਸਾਡੇ ਕੋਲ ਹੈਗੀਆਂ, ਹਫ਼ਤਾ 10 ਦਿਨ ਪਹਿਲਾਂ 2 ਵਾਰ ਬੁਨਿਆਦੀ ਕਰਾਈ ਆ, ਅਨਾਊਂਸਮੈਂਟ ਕਰਾਈ ਆ,
ਵੀਡੀਓ ਤੁਹਾਨੂੰ ਸ਼ੇਅਰ ਕਰ ਦਾਂਗੇ, ਵੀਡੀਓ ਤੁਹਾਨੂੰ ਭੇਜ ਦਾਂਗੇ। ਸਾਡੇ ਕੋਲ ਕੋਈ ਕਾਪੀ ਨਹੀਂ ਸਟੇਜ ਦੀ, ਸਾਡੇ ਨਾਲ ਕੋਈ ਸਾਡੇ ਧਿਆਨ 'ਚ ਨਹੀਂ ਹੈਗਾ, ਅਤੇ ਸਾਡੇ ਨਾਲ ਕੋਈ ਇੰਪਰੂਵਮੈਂਟ, ਉਸ ਨਾਲ ਕੋਈ ਪਾਰਟ ਸਟੇ ਹੋਵੇ, ਇਹ ਤਾਂ ਬਿਜਲੀ ਬੋਰਡ ਦੱਸ ਸਕਦਾ ਜੀ ਕਿੱਦਾਂ, ਕਿਉਂਕਿ ਵਾਲਿਆਂ ਨੂੰ ਬਾਹਰ ਰੋਡ ਦੇ ਉੱਪਰ ਸੜਕਾਂ 'ਤੇ ਮੀਟਰ ਲਗਾਉਣ ਦੇ ਦਿੱਤੇ ਉਹਨਾਂ ਨੇ। ਕਹਿ ਸਕਦੇ ਵੀ ਮਿਲੀ ਭੁਗਤ ਨਾਲ ਕੰਮ ਹੋ ਰਿਹਾ, ਕਿਉਂਕਿ ਆਮ ਘਰਾਂ ਦੇ ਵਿੱਚ ਅਗਰ ਲਗਾਉਣਾ ਹੋਵੇ ਤਾਂ ਪਹਿਲਾਂ ਰਜਿਸਟਰੀ ਮੰਗਦੇ ਆ ਮੀਟਰ ਵਾਲੇ। ਨਹੀਂ, ਉਹਦੇ ਬਾਰੇ ਤਾਂ ਬਿਜਲੀ ਬੋਰਡ ਵਾਲੀ ਦੱਸ ਸਕਦਾ ਜੀ। ਵੈਸੇ ਅਸੀਂ ਉਹਨਾਂ ਨੂੰ ਇੰਟੀਮੇਸ਼ਨ ਦਿੱਤੀ ਸੀਗੀ ਕਿ ਆ ਕੇ ਕਨੈਕਸ਼ਨ ਕੱਟ ਲਿਓ, ਅੱਜ ਸਵੇਰੇ ਵੀ ਜੇਈ ਸਾਹਿਬ ਨਾਲ ਗੱਲ ਹੋਈ ਆ, ਜਿਹਨਾਂ ਨੂੰ ਹਫ਼ਤਾ ਪਹਿਲਾਂ ਲੈਟਰ ਭੇਜਤੀ ਸੀਗੀ ਅਸੀਂ ਕਾਰਵਾਈ ਕਰਨੀ ਆ ਅਤੇ ਆਪਣੇ ਬਿਜਲੀ ਦੇ ਕਨੈਕਸ਼ਨ ਕੱਟੋ ਆ ਕੇ। ਅਜੇ ਤੱਕ ਉਹਨਾਂ ਦਾ ਤਾਂ ਨਹੀਂ ਆਇਆ ਕੋਈ ਬੰਦਾ, ਪਰ ਸਾਡੇ ਬਿਜਲੀ ਵਾਲੇ ਹੈਗੇ ਆ ਜਿਹੜੇ ਸਾਡੇ ਫੀਲਡ ਦੇ ਵਿੱਚ ਲੱਗੇ ਹੁੰਦੇ ਆ, ਉਹਨਾਂ ਨੇ ਕਨੈਕਸ਼ਨ ਕੱਟਿਆ ਆਪਣੇ ਤੌਰ 'ਤੇ, ਸ਼ਾਇਦ ਮੇਰੇ ਖਿਆਲ ਨਾਲ ਆ ਗਿਆ ਹੋਊਗਾ, ਤਾਂ ਮੈਨੂੰ ਧਿਆਨ ਨਹੀਂ ਹੈਗਾ ਜੇ ਉਹਨਾਂ ਦਾ ਕੋਈ ਬੰਦਾ ਆਇਆ ਹੋਵੇ ਤਾਂ। ਅੱਜ ਤਾਂ ਤਾਜਪੁਰ ਰੋਡ 'ਤੇ ਇਹੀ ਕਾਰਵਾਈ ਕਰ ਰਹੇ ਹਾਂ ਜੀ। ਸਰ ਕੀ ਨਾਮ ਹੈ? ਏਕਮ ਸਿੰਘ ਜੀ। ਸਰ ਕਿਹੜੇ ਮਹਿਕਮੇ ਤੋਂ? ਅਪਰੂਵਮੈਂਟ ਟਰੱਸਟ। ਹਾਂਜੀ, ਅਪਰੂਵਮੈਂਟ ਟਰੱਸਟ। ਅਪਰੂਵਮੈਂਟ ਟਰੱਸਟ ਨਹੀਂ ਨਹੀਂ ਜੀ। ਅੱਛਾ, ਇੰਪਰੂਵਮੈਂਟ ਕਰਨ ਜਾ ਰਹੇ ਹਾਂ। ਅੱਛਾ ਜੀ। ਹਾਂਜੀ, ਅਤੇ ਤੁਸੀਂ ਇਹ ਤਾਰ ਕੱਢਦੇ ਪਏ ਹੋ ਇੱਥੇ ਦੀ ਮੀਟਰ ਦੀ? ਅਸੀਂ ਤਾਂ ਅਪਲਾਈ ਜਾਣਾ ਅਪਰੂਵਮੈਂਟ ਟਰੱਸਟ ਦੇ। ਅੱਛਾ ਜੀ। ਸਰ ਪਰ ਇੱਕ ਸੋਚਣ ਵਾਲੀ ਗੱਲ ਹੈ, ਜਿਹੜੀਆਂ ਕਲੋਨੀਆਂ ਨੇ ਸਾਰੀ ਨਜਾਇਜ਼ ਵਸੀ ਹੋਈ ਹੈ। ਹਾਂਜੀ ਹਾਂਜੀ। ਉਸ ਦੇ ਬਾਵਜੂਦ ਇੱਥੇ ਜਿਹੜੇ ਮੀਟਰ ਕਿਵੇਂ ਲੱਗ ਗਏ? ਮੀਟਰ ਇਹਨਾਂ ਬਾਰੇ ਤਾਂ ਨਹੀਂ ਸਾਨੂੰ ਪਤਾ। ਆਮ ਘਰ ਦਾ ਅਗਰ ਮੀਟਰ ਲਾਣਾ ਹੋਵੇ ਰਜਿਸਟਰੀ ਬੰਦੇ ਇਹਨਾਂ ਦੀ ਰਜਿਸਟਰੀ ਮੈਕੈਨਿਕ? ਅਸੀਂ ਤਾਂ ਟਰੱਸਟ ਦੇ ਹੈਗਾ ਮੁਲਾਜ਼ਮ। ਹਾਂਜੀ, ਟਰੱਸਟ ਦੇ ਮੁਲਾਜ਼ਮ ਆਪਣਾ ਟਰੱਸਟ। ਅੱਛਾ, ਤੁਹਾਨੂੰ ਅਥਾਰਟੀ ਕਿਤੋਂ ਆਈ ਹੋਣੀ ਹੈ ਕਿ? ਨਹੀਂ ਨਹੀਂ, ਉਹ ਕਰਦੋ ਜਾਂ ਬਿਜਲੀ ਮਹਿਕਮੇ ਨੇ ਕਿਸੇ ਨੇ ਕਿਹਾ ਹੋਊਗਾ ਤੁਹਾਨੂੰ? ਨਹੀਂ, ਬਿਜਲੀ ਮਹਿਕਮੇ ਦਾ ਮੁੰਡਾ ਲੱਗਿਆ ਹੋਇਆ ਨਾਲ ਕੱਟਣ। ਅੱਛਾ ਜੀ, ਉਹ ਕਿੱਥੇ? ਅੱਜ ਆ ਰਹੇ ਤਾਂ ਬੇਨ ਕੱਟਣ ਗਿਆ ਹੋਇਆ ਜੀ। ਅੱਛਾ ਜੀ। ਹਾਂਜੀ, ਅਤੇ ਤੁਹਾਡੇ ਕੋਲ ਕਿਹਦੀ ਪਰਮਿਸ਼ਨ ਹੈ ਕਿ ਹਾਂ ਵੀ ਆ ਤਾਰ ਕੱਟ ਦਿਉ ਇੱਥੋਂ? ਪਿੱਛੇ ਦੀ ਤਾਂ ਪਰਮਿਸ਼ਨ ਹੋਏਗੀ ਨਾ? ਐਕਸ਼ਨ ਸਾਹਿਬ ਆ ਜੀ। ਸਾਡੇ ਅਫਸਰ ਆਏ ਹੋਏ ਐਕਸ਼ਨ ਸਾਹਿਬ ਕਿੱਥੇ ਆ ਜੀ? ਉਹ ਅੱਗੇ ਠੀਕ ਹੈ ਜੀ।